भाई अमृतपाल सिंह जी हुणां दा एक होर वीडियो जिहड़ा जी उह सामने आया जिहदे विच उन्होंने क्लीयर कर दिता है जिहड़े सवाल पुछे गए सन संगत वल्लों जिहड़े सवाल चुके जाण डए सन ते जिहड़ा जी न्यूज़ दे उत्ते जिहड़ियां गोदी मीडिया दे उत्ते जिहड़ियां खबरां बेबुनियाद खबरां चलण डईआं ने झूठियां खबरां चलण डईआं ने उन्हां दा वी पर्दा जिहड़ा है उह चाक होया ते आपां पहले वीडियो वेखदे आं। पहले तुहानूं सिद्धा वीडियो वाली लै चलना, वीडियो विखाउणा तुहानूं ते उस तों बाद आपां फिर इत्ते गल करने आं। पहले आ वीडियो वेखो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿਸ 'ਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ 'ਚ ਬਣੀ ਹੈ, ਕਿਉਂਕਿ ਉਸ ਵੀਡੀਓ 'ਚ ਮੈਂ ਜੀ ਬੁਰੇ ਬਾਰੇ ਦੇਖ ਰਿਹਾ ਕਿਤੇ। ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ, ਪਹਿਲੇ ਦੀ ਮੇਰੀ ਆਦਤ ਨਹੀਂ ਵੀ ਇੰਨਾ ਬੈਠ ਕੇ ਸਾਹਮਣੇ ਸਾਹਮਣੇ ਵੀਡੀਓ ਬਣਾਵਾਂ। ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ, ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ। ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ, ਇੱਕ ਤਾਂ ਆਪਾਂ ਹਰ ਚੀਜ਼ ਨੂੰ ਕੌਨਸਪਰੇਸੀ ਨਹੀਂ ਸਮਝਣਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਔਰ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ। ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ, ਕਲਗੀਧਰ ਪਾਤਸ਼ਾਹ ਦੀ ਜਿਹੜੀ ਕਰਾਮਾਤ ਨੂੰ ਵੱਡਿਆ ਸਮਝੀਏ। ਐਡੇ ਕਿਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤਾਂ ਉਹ ਕਿਸੇ ਮਕਸਦ ਵਾਸਤੇ ਕੱਢਿਆ। ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਕੋਈ ਭਗੌੜਾ ਹੋ ਗਿਆ ਅਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ, ਇਹ ਗੱਲ ਭੁਲੇਖਾ ਕੋਈ ਆਪਣੇ ਮਨ 'ਚ ਨਾ ਰੱਖੇ। ਦੇਖੋ ਨਾ ਤਾਂ ਮੈਂ ਮਰਨ ਤੋਂ ਡਰਾਂ, ਮਰਨ ਲਿਖਾਏ ਮੰਡਲ ਮੈਂ ਆਏ, ਇਸ ਬਾਣੀ ਦੇ ਜਿਹੜੇ ਬਚਨ ਨੇ ਇੱਥੇ ਪੂਰਾ ਪਹਿਰਾ ਦੇ ਰਹੇ ਹਾਂ। ਜਿੱਦਣ ਸੰਸਾਰ 'ਤੇ ਆ ਗਏ ਉਦਣ ਮੌਤ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਂਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ, ਮੈਂ ਜੇ ਅੱਜ ਬਾਹਰ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ, ਤਾਂ ਉਹਦਾ ਅਰਥ ਇਹ ਹੈ ਵੀ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਅਤੇ ਕੌਮ ਦੇ ਹਿੱਤਾਂ ਲਈ ਕੁਛ ਕਰ ਸਕਾਂ, ਅਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਹ ਸੰਗਤਾਂ ਦੇ ਵਿੱਚ ਵੀ ਵਿਚਰਾਂਗੇ। ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਜਿਹੜੇ ਕਹਿਣਗੇ ਮੁਲਕ ਛੱਡ ਜਾ ਜੀ, ਮੁਲਕ ਛੱਡ ਕੇ ਬਾਹਰ ਚਲਾ ਗਿਆ, ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਪਾ ਕੇ ਮੈਸੇਜ ਦੇਊਗੇ, ਇੱਦਾਂ ਦੀ ਗੱਲ ਨਹੀਂ। ਹਾਂ, ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਛ ਸਾਨੂੰ ਝੱਲਣਾ ਪੈਂਦਾ, ਵਿਖੜੇ ਪੈਣ ਦੇ ਤੁਰਨਾ ਪੈਂਦਾ, ਮੀਲਾਂ ਮੀਲ ਵੀਹ ਵੀਹ ਬਾਈ ਬਾਈ ਮੀਲ ਸਫ਼ਰ ਦਿਨ ਹਰ ਦਿਨ ਪੈਦਲ ਕਰਨਾ, ਇਹ ਕੋਈ ਮਤਲਬ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ। ਸੋ ਅੱਠੀਂ ਪੈਰ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ, ਨਹੀਂ ਤਾਂ ਫਿਰ ਜਲ ਪਾਣੀ ਛੱਕ ਕੇ ਗੁਜ਼ਾਰਾ ਕਰ ਲੈਣਾ। ਇਹ ਜਿਹੜੇ ਦਿਨ ਨੇ ਬਗਾਵਤ ਦੇ ਕੱਟਣੇ ਔਖੇ ਨੇ, ਪਰ ਮੈਂ ਸੰਗਤਾਂ ਨੂੰ ਇੱਕ ਅਪੀਲ ਕਰਦਾ ਵੀ ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ 'ਚ ਰਹਿਣ ਦਾ ਅਰਥ ਇਹ ਹੁੰਦਾ ਵੀ ਅਸੀਂ ਜਦੋਂ ਇਸ ਰਾਹ 'ਤੇ ਤੁਰੀਏ, ਇਸ ਮਾਰਗ 'ਤੇ ਤੁਰੀਏ, ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਆਪਾਂ ਜਿਹੜੇ ਰਾਹ 'ਤੇ ਤੁਰੇ ਹਾਂ ਇਹ ਕੰਢਿਆਂ ਵਾਲਾ ਰਾਹ, ਸਤਿਗੁਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਕਿਲਾ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਨੇ, ਪੈਰ ਕੰਨਿਆਂ ਨਾਲ ਲਹੂ ਲਹਾਨ ਹੋ ਗਏ। ਸੋ ਉਹ ਰਸਤੇ ਜਿਹੜੇ ਇਹ ਧਰਮ ਦੀ ਨਗਰੀ ਦੇ ਉੱਤੇ ਤਿਆਰ ਕਰਨੇ ਪੈਂਦੇ ਆ। ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਵੀ ਮੈਂ ਇੱਕ ਕਾਲ ਦਿੱਤੀ ਸਰਬੱਤ ਖਾਲਸੇ ਵਾਸਤੇ, ਮੈਂ ਜਥੇਦਾਰ ਸਾਹਿਬ ਨੂੰ ਤਾਂ ਕਿਹਾ ਵੀ ਜਥੇਦਾਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਵੀ ਸਮੂਹ ਜਥੇਬੰਦੀਆਂ ਪਹੁੰਚਣ, ਜਥੇਬੰਦੀਆਂ ਪਹੁੰਚੀਆਂ ਉੱਥੇ, ਜਿਨ੍ਹਾਂ ਨੇ ਹਮਾਇਤ 'ਚ ਕੀਤੀ ਗੱਲ ਉਹਨਾਂ ਦਾ ਵੀ ਧੰਨਵਾਦ, ਜਿਹਨਾਂ ਵਿਰੋਧ 'ਚ ਕੀਤੀ ਉਹਨਾਂ ਦਾ ਵੀ ਧੰਨਵਾਦ। ਮੈਂ ਕਿਸੇ ਦੇ ਵਿਰੋਧ 'ਚ ਨਹੀਂ ਗੱਲ ਕਰਨੀ ਕੋਈ ਵੀ, ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਿਹਨੂੰ ਨਹੀਂ ਕਰਨ ਦਾ। ਕੌਮ 'ਤੇ ਭੀੜ ਆਣ ਵੜ ਪਈ ਹੋਵੇ ਅਤੇ ਸਾਨੂੰ ਇੱਕ ਦੂਜੇ ਦੇ ਹੱਕ 'ਚ ਖੜਾਉਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ, ਉਹਦੇ 'ਚ ਕੁਛ ਨੂੰ ਨਹੀਂ ਸ਼ਾਮਿਲ ਕੀਤਾ ਗਿਆ, ਮੈਨੂੰ ਲੱਗਦਾ ਵੀ ਸਾਰਿਆਂ ਲਈ ਖੁੱਲ੍ਹਾ ਸੱਦਾ ਹੋਣਾ ਚਾਹੀਦਾ ਸੀ, ਪਰ ਜੋ ਹੋ ਗਿਆ ਸੱਤ ਵਜਨ ਹੈ। ਹੁਣ ਉਸ ਤੋਂ ਬਾਅਦ 'ਚ ਜਥੇਦਾਰ ਸਾਹਿਬ ਨੇ ਕਿਹਾ ਸੀ ਛੁੱਟੀਆਂ ਵੀਰਾਂ ਕੱਢਾਂਗੇ। ਦੇਖੋ ਵੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪੁਰਾਤਨ ਸ਼ਬਦ ਨੂੰ ਰਿਵਾਈਵ ਕੀਤਾ, ਇਹਦਾ ਅਰਥ ਹੈ ਵਹੀਰ ਕੱਤਣੀ, ਕੱਤ ਕੇ ਭਾਵ ਇਸ ਪਾਸ ਨੂੰ ਤੁਰ ਲੈਣਾ ਅਤੇ ਫਿਰ ਕਿਸੇ ਰੋਗ ਦੀ ਪਰਵਾਹ ਨਹੀਂ ਕਰਨੀ। ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਕੋਲ ਰੋਕ ਨਹੀਂ ਸਕਦੀ। ਜਥੇਦਾਰ ਸਾਹਿਬ ਜੀ, ਜੇ ਵਹੀਰ ਕੱਢਣੀ ਹੈ ਤਾਂ ਮੇਰੀ ਇੱਕ ਬੇਨਤੀ ਹੈ, ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ, ਕਿਉਂਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ, ਸਾਡੀ ਪ੍ਰੀਖਿਆ ਜੋ ਤੁਸੀਂ ਲੰਘ ਰਹੇ ਹਾਂ, ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵੀ ਤੁਸੀਂ ਜਥੇਦਾਰ ਦੇ ਅਹੁਦੇ 'ਤੇ ਜੋ ਜਥੇਦਾਰ ਸਾਹਿਬ ਦੇ ਅਹੁਦੇ 'ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਜੋ। ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਛ ਦਿਨਾਂ ਦੇ ਵਿੱਚ ਵਹੀਰ ਦਮਦਮਾ ਸਾਹਿਬ ਪਹੁੰਚੇ ਵਿਸਾਖੀ, ਅਤੇ ਉੱਥੇ ਸਰਬੱਤ ਖਾਲਸਾ ਹੋਵੇ। ਅਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵਹੀਰ ਨਹੀਂ ਕੱਢਣੀ ਚਾਹੀਦੀ, ਮੈਂ ਇਹ ਕਿਹਾ ਵੀ ਵਹੀਰ ਕੱਢਣੀ ਹੈ, ਪਰ ਇਹਨੇ ਪਿੰਡਾਂ ਨੂੰ ਛੋਟੀਆਂ ਵਹੀਰਾਂ ਲੋਕਾਂ ਨੂੰ ਜਾਗਰੂਕ ਕਰਨਾ, ਇਹ ਖਾਨਾ ਪੂਰਤੀ ਹੈ, ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਨਹੀਂ, ਸਗੋਂ ਸੰਗਤਾਂ ਨੂੰ ਮੋਬਲਾਈਜ਼ ਕਰਨ ਦੀ ਲੋੜ ਹੈ, ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ, ਉਹਨਾਂ 'ਚ ਹਕੂਮਤ ਦਾ ਪੈ ਕੱਢਣ ਦੀ ਲੋੜ ਹੈ। ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਕੌਮ ਲਈ ਖੜੀਏ, ਅਤੇ ਜਿਨ੍ਹਾਂ ਨੂੰ ਐਂ ਲੱਗਦਾ ਕੋਈ ਨਹੀਂ ਇਸ ਧਰਤੀ 'ਤੇ ਹੀ ਹਾਂ, ਇਸ ਧਰਤੀ ਦਾ ਹੀ ਆਪਣਾ ਲਹੂ ਡੋਲਣਾ। ਸੋ ਇਸ ਕਰਕੇ ਇਹ ਗੱਲ ਦੀ ਆਪਾਂ ਅਫਵਾਹ ਛੱਡ ਦਈਏ ਵੀ ਮੈਂ ਕਿਤੇ ਭਗੌੜਾ ਹੋ ਜਾਊਂਗਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ, ਇੰਨੀ ਰਹਿਮਤ ਮੇਰੇ 'ਤੇ ਕੀਤੀ ਹੈ ਕਿ ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣਾ ਸੋਚ ਸਕਦਾ। ਕਈਆਂ ਨੇ ਕਿਹਾ ਸੀ ਉਹਨੇ ਕੇਸ ਕਤਲ ਕਰਾਏ ਹੋਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਬੁਨਿਆਦ ਨੇ। ਕੇਸ ਕਤਲ ਕਰਾਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਖੋਪੜਾ ਉਹ ਅਸੀਂ ਲਵਾ ਸਕਦੇ, ਕੇਸ ਕਤਲ ਕਰਾਉਣ ਬਾਰੇ ਸੋਚ ਨਹੀਂ ਸਕਦੇ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ, ਮੇਰੀ ਹੋਰ ਨਾ ਸਾਰਿਆਂ ਨੂੰ ਅਪੀਲ ਹੈ ਵੀ ਕਿਸੇ ਅੱਗੇ ਹੱਥ ਜੋੜ ਕੇ ਤਰਲੇ ਨਹੀਂ ਕਰਨੇ, ਠੀਕ ਹੈ। ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ, ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦੇ
ਅਤੇ ਮੈਂ ਵੈਸੇ ਨੀਵੀਂ ਪਾ ਕੇ ਗੱਲ ਕਰਦਾ ਹੁੰਦਾ ਜੇ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕੱਲ੍ਹ ਡਰਦਾ ਸੀ ਨਾ ਅੱਜ ਡਰਦਾ ਹਕੂਮਤ ਨੇ ਜੋ ਕਰਨਾ ਕਰ ਲਵੇ ਹਾਂ ਇਹ ਗੱਲ ਹੈ ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਸੀ ਕੀਤੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਅੰਮ੍ਰਿਤਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖ ਦਿੱਤੀਆਂ ਗ੍ਰਿਫਤਾਰੀ ਦੀਆਂ ਵੀ ਥਾਣੇ 'ਚ ਜੀ ਉਹਦੇ ਨਾਲ ਕੁੱਟਮਾਰ ਨਹੀਂ ਕੀਤੀ ਜਾ ਮੈਂ ਕਹਿੰਦਾ ਜਿਹੜੀ ਕੁੱਟਮਾਰ ਕਰਨੀ ਜਿਹਨੇ ਕਰ ਲਵੇ ਜਿਹੜਾ ਤਸ਼ੱਦਦ ਕਿਸੇ ਕਰਕੇ ਵੇਖਣਾ ਕਰਕੇ ਵੇਖ ਲਵੇ ਨਾ ਤਸ਼ੱਦਦ ਤੋਂ ਡਰਦੇ ਹਾਂ ਨਾ ਬੰਦ ਬੰਦ ਕੱਟਣ ਤੋਂ ਡਰਦੇ ਹਾਂ ਸੋ ਇਸ ਕਰਕੇ ਮੇਰੀ ਸੰਗਤਾਂ ਨੂੰ ਅਪੀਲ ਹੈ ਕਿਸੇ ਵੀ ਗੁੰਮਰਾਹ ਨੂੰ ਪ੍ਰਚਾਰ 'ਚ ਨਹੀਂ ਆਉਣਾ ਮੈਂ ਚੜ੍ਹਦੀ ਕਲਾਂ 'ਚ ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾਂ ਦੇ ਵਿੱਚ ਹਾਂ ਔਰ ਅੱਜ ਤੋਂ ਬਾਅਦ 'ਚ ਸਤਿਗੁਰ ਦੇ ਹੱਥ ਹੈ ਸਾਰਾ ਕੁਝ ਜੇ ਸਤਿਗੁਰ ਨੇ ਇੰਨੀਆਂ ਸੰਕਟਾਂ 'ਚ ਰਾਖੀ ਕੀਤੀ ਹੈ ਤਾਂ ਅੱਗੇ ਵੀ ਕਰਦਾ ਰਹੂਗਾ ਮਹਾਰਾਜ ਉਹਦੇ ਘਰ 'ਚ ਕਿਸੇ ਦਾ ਘਾਟਾ ਨਹੀਂ ਮੇਰੀ ਵੋਟ ਉਸ 'ਤੇ ਹੈ ਮੇਰੀ ਵੋਟ ਦੁਨਿਆਵੀ ਨਾ ਤਾਂ ਅਦਾਲਤਾਂ 'ਤੇ ਹੈ ਨਾ ਕਿਸੇ ਹੋਰ ਗੱਲ 'ਤੇ ਹੈ ਮੇਰੀ ਵੋਟ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ 'ਤੇ ਹੈ ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਦ੍ਰਿੜ ਰਹਿਣਾ ਤੁਸੀਂ ਢੈਂਦੀ ਕਲਾ 'ਚ ਨਹੀਂ ਜਾਣਾ ਨਾ ਢੈਂਦੀ ਕਲਾ ਵਾਲੇ ਕੋਈ ਗੱਲ ਕਰਨੀ ਹੈ ਔਰ ਮੇਰੇ ਪਰਿਵਾਰ ਨੂੰ ਮੇਰੇ ਨੂੰ ਅਪੀਲ ਹੈ ਵੀ ਤੁਸੀਂ ਵੀ ਕੋਈ ਢੈਂਦੀ ਕਲਾ ਵਾਲੀ ਗੱਲ ਨਹੀਂ ਕਰਨੀ ਐਵੇਂ ਨਹੀਂ ਹੱਥ ਜੋੜ ਕੇ ਕਹੀ ਜਾਣਾ ਵੀ ਦੇਖੋ ਜੀ ਸਾਥ ਦਿਓ ਸਾਰੀ ਸੰਗਤ ਸਾਥ ਦੇ ਰਹੀ ਹੈ ਕੋਈ ਨਹੀਂ ਜੇ ਕੋਈ ਨਹੀਂ ਵੀ ਦਿੰਦਾ ਇਸ ਖਤਕ ਸੱਚੇ ਪਾਤਸ਼ਾਹ ਦਾ ਪਿੰਡ ਹੈ ਇਸ ਮਾਰਗ 'ਤੇ ਚੱਲਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਆ ਅਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ ਲੋਕਾਂ ਕਿਹਾ ਤਾਂ ਅਸੀਂ ਆਪਣੇ ਪੁੱਤ ਮਰਵਾ ਕੇ ਹੁਣ ਸਾਡੇ ਮਰਵਾਉਣ ਆ ਗਏ ਹਾਂ ਸੋ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਸਾਥ ਜਿਹੜਾ ਹੈ ਉਹ ਸੰਗਤਾਂ ਨੇ ਆਪ ਹੀ ਦੇ ਦੇਣਾ ਆਪਾਂ ਛੱਡਦੀ ਕਿਲ੍ਹਾ 'ਚ ਰਹੀਏ ਸਤਿਗੁਰੂ ਦਾ ਭਾਣਾ ਮੰਨੀ ਇਹ ਭਾਣਾ ਮੰਨਣ ਨਾਲ ਹੀ ਸਾਰਾ ਕੁਝ ਹੋਣਾ ਜੇ ਭਾਣੇ ਤੋਂ ਉਲਟ ਜਾ ਕੇ ਗੱਲ ਕਰਾਂਗੇ ਉਹ ਹੋਣੀ ਵੀ ਨਹੀਂ ਗੀ ਸੋ ਭਾਣੇ 'ਚ ਰਹਿ ਕੇ ਸਾਰਾ ਕੁਝ ਹੋਣਾ ਸੋ ਇੰਨੀਆਂ ਕੁ ਬੇਨਤੀਆਂ ਸਰਬੱਤ ਖਾਲਸੇ ਦੀ ਕਾਲ ਜਥੇਦਾਰ ਸਾਹਿਬ ਦੇਣ ਜੇ ਨਹੀਂ ਦਿੰਦੇ ਤਾਂ ਉਹਨਾਂ ਲਈ ਪ੍ਰੀਖਿਆ ਦੀ ਘੜੀ ਹੈ ਵੀ ਉਹ ਕੌਮ ਲਈ ਕੀ ਕਰ ਲਈ ਸੰਜੀਦਾ ਨੇ ਅਤੇ ਕੀ ਨਹੀਂ ਕਰ ਲਈ ਸੰਜੀਦਾ ਨੇ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਵੀ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਆ ਇਹ ਉੱਥੋਂ ਵੀ ਮੁਕਤ ਹੋਣ ਦਾ ਸਮਾਂ ਹੈ ਸੋ ਅੱਜ ਆਪਾਂ ਵੱਧ ਚੜ੍ਹ ਕੇ ਜਿਹੜਾ ਵਾ ਸਰਬੱਤ ਖਾਲਸੇ ਦੀ ਕਾਲ ਦੇ ਵਿੱਚ ਹਿੱਸਾ ਪਾਈਏ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਸੰਗਤੀ ਰੂਪ 'ਚ ਪਿੰਡਾਂ 'ਚ ਅਨਾਊਂਸਮੈਂਟਾਂ ਕਰੋ ਵੀ ਵਿਸਾਖੀ ਦੇ ਉੱਤੇ ਦਮਦਮਾ ਸਾਹਿਬ ਸਰਬੱਤ ਖਾਲਸਾ ਸੱਦਿਆ ਜਾਵੇ ਇੰਨੀਆਂ ਕੁ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆ ਵੀਡੀਓ ਆਪਾਂ ਜਿਹੜਾ ਹੈ ਉਹ ਤਾਂ ਲਿਆ ਜੇ ਵੇਖ ਵੀਡੀਓ ਆਪਣੇ ਸਾਹਮਣੇ ਆ ਗਿਆ ਤੁਸੀਂ ਉਹਨਾਂ ਦਾ ਇਹ ਦੂਜਾ ਵੀਡੀਓ ਜਿਹੜਾ ਆਇਆ ਇਸ ਤੋਂ ਪਹਿਲਾਂ ਜਿਹੜਾ ਵੀਡੀਓ ਸੀ ਉਹਦੇ ਵਿੱਚ ਵੀ ਬੋਡੀ ਲੈਂਗੁਏਜ ਵੇਖੀ ਅੱਜ ਵੀ ਤੁਸੀਂ ਵੇਖੀ ਉਹ ਆਪ ਕਹਿਣ ਡਏ ਨੇ ਉਹਨਾਂ ਨੇ ਖੁਲਾਸਾ ਕੀਤਾ ਕੁਝ ਅਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਅੱਛਾ ਕਈ ਵੀਰ ਇਹ ਕਮੈਂਟ ਕਰ ਰਹੇ ਹੁੰਦੇ ਨੇ ਥੱਲੇ ਕਿ ਤੁਸੀਂ ਜਿਹੜਾ ਹੈ ਇਸ ਮਾਮਲੇ ਤੋਂ ਦੂਰ ਰਹੋ ਅਤੇ ਬਹੁਤ ਸਾਰੇ ਵੀਰੇ ਜਿਹੜੇ ਨੇ ਉਹ ਵੀ ਕਮੈਂਟ ਕਰ ਰਹੇ ਹੁੰਦੇ ਨੇ ਕਿ ਵੀਰੇ ਤੁਸੀਂ ਮਤਲਬ ਗੱਲਬਾਤ ਕਰੋ ਲੋਕਾਂ ਦਾ ਰਾਏ ਵੇਖੋ ਲੋਕਾਂ ਨੂੰ ਪੁੱਛੋ ਕਿ ਉਹਨਾਂ ਦੇ ਕੀ ਵਿਚਾਰ ਨੇ ਵੇਖੋ ਜੀ ਇੱਕ ਚੀਜ਼ ਸਭ ਤੋਂ ਪਹਿਲੇ ਕਿ ਪੰਜਾਬ ਪੰਜਾਬ ਵਾਸਤੇ ਜੋ ਵਧੀਆ ਹੈ ਉਹ ਹੋਣਾ ਚਾਹੀਦਾ ਪੰਜਾਬ ਨੂੰ ਕੋਈ ਲੋਸ ਨਹੀਂ ਹੋਣਾ ਚਾਹੀਦਾ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਪੰਜਾਬੀ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਪਹਿਲੇ ਹੀ ਬਹੁਤ ਸਾਰਾ ਲੋਸ ਜਿਹੜਾ ਪੰਜਾਬ ਦੀ ਹਿਸਟਰੀ ਚੁੱਕ ਕੇ ਵੇਖ ਲਓ ਪੰਜਾਬ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਸ਼ਾਇਦ ਹੀ ਕਿਸੇ ਹੋਰ ਨੇ ਦਿੱਤੀਆਂ ਹੋਣ ਅਤੇ ਪੰਜਾਬ ਨੂੰ ਬੜੇ ਪਹਿਲੇ ਹੀ ਬੜੇ ਪੰਜਾਬ ਦੇ ਟੋਟੇ ਵੀ ਕੀਤੇ ਗਏ ਨੇ ਪੰਜਾਬ ਫਿਰ ਵੀ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਤੁਸੀਂ ਵੇਖ ਲਓ ਇਹਦੇ ਟੋਟੇ ਕਰਨ ਤੋਂ ਬਾਅਦ ਵੀ ਇਹ ਚੜ੍ਹਦੀ ਕਲਾ 'ਚ ਹੈ ਤੁਸੀਂ 1800 ਤੋਂ ਵੇਖ ਲਓ ਫਿਰ 47 ਚ ਵੇਖ ਲਓ 84 ਚ ਵੇਖ ਲਓ ਉਸ ਤੋਂ ਬਾਅਦ ਵੀ ਮਤਲਬ ਹੁਣ ਤੱਕ ਤੁਸੀਂ ਵੇਖ ਲਓ ਪੰਜਾਬ ਨਾਲ ਸਾਰੀਆਂ ਜ਼ਿਆਦਤੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ ਅਤੇ ਐਜ਼ ਆ ਪੰਜਾਬੀ ਮੇਰਾ ਤਾਂ ਮਤਲਬ ਮੈਂ ਤਾਂ ਐਜ਼ ਆ ਪੰਜਾਬੀ ਚੁੱਪ ਨਹੀਂ ਰਹਿ ਸਕਦਾ ਬਾਕੀ ਹੁਣ ਵੀ ਤੁਸੀਂ ਵੇਖੋ ਕਿ ਆਪਾਂ ਅੱਜ ਵੀ ਫਿਲਮਾਂ ਵੇਖਣੇ ਆ 84 ਦੇ ਉੱਤੇ ਬਣੀਆਂ ਫਿਲਮਾਂ ਵੇਖਣੇ ਆ ਉਸ ਤੋਂ ਪਿਛਲੀਆਂ ਫਿਲਮਾਂ ਵੀ ਆਪਾਂ ਵੇਖਣੇ ਆ ਆਪਾਂ ਫਿਲਮ ਦਾ ਜਿਹੜਾ ਅੰਤ ਹੁੰਦਾ ਉਹਦੇ ਵਿੱਚ ਇਹੀ ਆਉਂਦੇ ਹਾਂ ਕਿ ਆਪਣਿਆਂ ਨੇ ਸਾਥ ਨਹੀਂ ਦਿੱਤਾ ਆਪਣਿਆਂ ਦੀ ਗਦਾਰੀ ਦੀ ਵਜ੍ਹਾ ਤੋਂ ਪੰਜਾਬੀ ਜਿਹੜੇ ਨੇ ਉਹ ਮਰੇ ਨੇ ਪੰਜਾਬੀ ਜਿਹੜੇ ਨੇ ਸਿਰਫ ਆਪਣਿਆਂ ਅਤੇ ਆਹ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੈ ਕੱਲ੍ਹ ਨੂੰ ਇਹਨਾਂ ਦੇ ਵੀ ਫਿਲਮ ਬਣਨੀ ਹੈ ਇਹਨਾਂ ਦੇ ਵੀ ਫਿਲਮ ਬਣੇਗੀ ਉਹਦੇ ਵਿੱਚ ਵੀ ਇਹੀ ਹੋਏਗਾ ਕਿ ਭਾਈ ਜੀ ਆਪਣੇ ਹੀ ਵਿੱਚ ਗਦਾਰ ਸਨ ਆਪਣੇ ਹੀ ਨਹੀਂ ਸਨ ਨਿਕਲੇ ਕੱਲ੍ਹ ਨੂੰ ਆਪਾਂ ਫਿਰ ਉਹਦੇ ਉੱਤੇ ਅੱਖੀਆਂ 'ਚ ਹੰਝੂ ਵੀ ਹੋਣਗੇ ਅੱਥਰੂ ਵੀ ਡਿੱਗਣਗੇ ਸਾਰਾ ਕੁਝ ਹੋਏਗਾ ਅਤੇ ਭਾਈ ਹੁਣ ਸਮੇਟੋ ਇਹਨੂੰ ਹੁਣ ਇਹਨੂੰ ਕਿਸੇ ਬੰਨੇ ਲਾਓ ਕਿਸੇ ਤਰੀਕੇ ਨਾਲ ਵੇਖੋ ਕਿ ਯਾਰ ਐਕਚੁਅਲੀ ਹੋਣ ਕੀ ਡਿਆ ਹੈ ਸਾਡੇ ਨਾਲ ਬਾਕੀ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਸ਼ਾਂਤੀ ਸਕੂਨ ਇਹ ਜਿਹੜਾ ਨਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਵੇਖੋ ਪੰਜਾਬ ਨੂੰ ਆਪਾਂ ਹੋਰ ਜ਼ਿਆਦਾ ਲੋਸ ਨਹੀਂ ਦੇ ਸਕਦੇ ਕਿਸੇ ਤਰੀਕੇ ਨਾਲ ਵੀ ਬਾਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦਾ ਜਿਹੜਾ ਵੀਡੀਓ ਆਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਪਏ ਹੋ ਲੇਕਿਨ ਇੱਕ ਗੱਲ ਤਾਂ ਪੱਕੀ ਹੈ ਜਿਹੜਾ ਗੋਦੀ ਮੀਡੀਆ ਜੋ ਵੀ ਬਕਵਾਸ ਕਰੀ ਜਾਂਦਾ ਜੋ ਵੀ ਉਹਦੇ ਉੱਤੇ ਚੱਲਣ ਡਿਆ ਉਹ ਟੋਟਲੀ ਝੂਠ ਹੈ ਇੱਕ ਇੱਕ ਗੱਲ ਝੂਠ ਉੱਤੇ ਵਹਾਈ ਜਾਣ ਡਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਆ ਜੀ ਮੈਨੂੰ ਮਾਰਨਾ ਨਹੀਂ ਗਾ ਮੈਂ ਤਾਂ ਗ੍ਰਿਫਤਾਰੀ ਦਾਂਗਾ ਕਿ ਜੇ ਮੈਨੂੰ ਥਾਣੇ ਵਿੱਚ ਜਿਹੜਾ ਮਾਰਿਆ ਨਾ ਜਾਵੇ ਅਤੇ ਮਤਲਬ ਵੇਖੋ ਨਾ ਕਿੱਦਾਂ ਦੀ ਇੱਕ ਘਟੀਆ ਜੀ ਨਿਊਜ਼ ਕਿ ਬੰਦਾ ਕੋਈ ਵੀ ਐਕਸੈਪਟ ਹੀ ਨਹੀਂ ਇਸ ਚੀਜ਼ ਨੂੰ ਕਰ ਸਕਦਾ ਕਿਸੇ ਦਾ ਦਿਮਾਗ ਜਿਹੜਾ ਉਹ ਐਕਸੈਪਟ ਹੀ ਨਹੀਂ ਇਸ ਚੀਜ਼ ਨੂੰ ਕਰਦਾ ਕਿ ਵਾਕਿਆ ਹੀ ਇੱਦਾਂ ਦੀ ਕੋਈ ਸ਼ਰਤ ਪਰ ਉਹਨਾਂ ਨੇ ਕਲੀਅਰ ਕਰਤਾ ਅੱਜ ਦੇ
ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਜੀ। ਤੁਸੀਂ ਇਹਦੇ ਬਾਰੇ 'ਚ ਕੀ ਸੋਚ ਰਹੇ ਹੋ, ਕਮੈਂਟ ਜ਼ਰੂਰ ਕਰਿਓ ਅਤੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਇਓ। ਬਾਕੀ ਅੱਜ ਦਾ ਵੀਡੀਓ ਜਿਹੜਾ ਹੈ ਉਹ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਕਿਉਂਕਿ ਬਹੁਤ ਸਾਰੇ ਵੀਰਿਆਂ ਦਾ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਹਜੇ ਵੀ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ, ਅਤੇ ਉੱਥੋਂ ਜਿਹੜੀ ਪੁਲਿਸ ਹੈ ਉਹਨਾਂ ਕੋਲੋਂ ਵੀਡੀਓ ਬਣਵਾ ਕੇ, ਇੱਥੇ ਤੱਕ ਕਿ ਕਈ ਬੰਦੇ ਡਾਇਰੈਕਟ ਮੇਰੇ ਨਾਲ ਜਦੋਂ ਗੱਲਬਾਤ ਕਰਨ ਡੇ ਨੇ ਇਸ ਮੁੱਦੇ ਉੱਤੇ, ਅਤੇ ਉਹ ਇਹ ਵੀ ਕਹਿੰਦੇ ਨੇ ਕਿ ਭਾਅ ਜੀ ਤੁਹਾਨੂੰ ਪਤਾ AI ਦਾ, ਆਰਟੀਫਿਸ਼ਲ ਇੰਟੈਲੀਜੈਂਸ, ਅੱਜ ਕੱਲ੍ਹ ChatGPT ਬਹੁਤ ਕੁਛ ਜਿਹੜਾ ਉਹ ਹੋਣ ਡਿਆ ਹੈ, ਅਤੇ ਉਹਦੇ ਵਿੱਚ ਜਿਹੜੀ ਹੈ ਹਰ ਕਿਸਮ ਦੀ, ਤੁਸੀਂ ਤੁਹਾਨੂੰ ਪਤਾ ਕਿ ਵੀਡੀਓ ਬਣਾਈ ਜਾ ਸਕਦੀ ਹੈ, ਕਿਸੇ ਦੇ ਬੰਦੇ ਦੀ ਵੀ ਕਿਸੇ ਵੀ ਟਾਈਪ ਦੀ ਵੀਡੀਓ ਜਿਹੜੀ ਹੈ ਬਣ ਸਕਦੀ ਹੈ। ਅਤੇ ਬਾਕੀ ਤੁਸੀਂ ਕੀ ਸੋਚਦੇ ਪਏ ਹੋ, ਤੁਹਾਨੂੰ ਕੀ ਲੱਗਦਾ ਪਿਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਾਂ ਅਗਲੀ ਵੀਡੀਓ 'ਚ ਹਾਜ਼ਰ ਹੁੰਦੇ ਹਾਂ, ਮਿਲਦੇ ਹਾਂ ਤੁਹਾਡੇ ਨਾਲ ਨੈਕਸਟ ਵੀਡੀਓ ਵਿੱਚ। ਰੱਖੋ ਆਪਣਾ ਖਿਆਲ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾਂ 'ਚ ਰੱਖੇ।